ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਹਰ ਵਰਗ ਲਈ ਸੱਚੀ ਹਮਦਰਦੀ ਰੱਖਣ ਵਾਲੇ ਅਤੇ ਹਰ ਵੇਲੇ ਪਰਮਾਤਮਾ ਦੀ ਰਜਾ ਵਿੱਚ ਰਹਿਣ ਵਾਲੇ ਇਨਸਾਨ ਸਰਦਾਰ ਗੁਰਜੀਤ ਸਿੰਘ ਮਾਂਗਟ ਜੀ। ਆਪ ਜੀ ਹਮੇਸ਼ਾ ਹੀ ਸੱਚ ਦੇ ਰਸਤੇ ਤੇ ਚੱਲੇ ਅਤੇ ਸਭਨਾਂ ਨਾਲ ਹੱਸ ਕੇ ਬੋਲਣਾ ਆਪ ਜੀ ਦਾ ਸੁਭਾਅ ਸੀ। ਆਪ ਹਰ ਕਿਸੇ ਦੇ ਦੁੱਖ ਦਰਦ ਵਿੱਚ ਸਹਾਈ ਹੁੰਦੇ ਸਨ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਸਨ ਅਤੇ ਆਪ ਜੀ ਦੇ ਚੰਗੇ ਸੰਸਕਾਰਾਂ ਦੀ ਝਲਕ ਆਪ ਜੀ ਦੇ ਸਮੁੱਚੇ ਪਰਿਵਾਰ ਵਿੱਚੋਂ ਦੇਖੀ ਜਾ ਸਕਦੀ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਮਿੱਠ ਬੋਲਣਾ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਸਰਦਾਰ ਗੁਰਜੀਤ ਸਿੰਘ ਮਾਂਗਟ ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਕੁਟੀਆ ਸਾਹਿਬ ਜਮਾਲਪੁਰ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। Thank you.
ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਾਡੇ ਪਿੰਡ ਮਹਿਲੂਕਾ ਦੇ ਨੰਬਰਦਾਰ ਪਰਿਵਾਰ ਵਿੱਚੋਂ ਹਨ। ਇਹ ਪਰਿਵਾਰ ਪਰਮਾਤਮਾ ਵੱਲੋਂ ਜੋ ਇਹਨਾਂ ਨੂੰ ਬੁੱਧੀ ਬਖਸ਼ੀ ਹੈ, ਬਹੁਤ ਹੀ ਮਸਮੂਮ ਪਰਿਵਾਰ, ਬੜੇ ਹੀ ਵਧੀਆ ਸੁਭਾਅ ਵਾਲਾ ਪਰਿਵਾਰ ਹੈ। ਜੇ ਸਰਦਾਰ ਰਣਜੀਤ ਸਿੰਘ ਦੀ ਗੱਲ ਕਰੀਏ ਤਾਂ ਸਾਡੇ ਪਿੰਡ ਵਿੱਚ ਇੱਕ ਨੰਬਰ ਦਾ ਇਨਸਾਨ ਗਿਣਿਆ ਜਾਂਦਾ ਰਿਹਾ। ਕਦੇ ਕਿਸੇ ਨਾਲ ਉੱਚਾ ਨੀਵਾਂ ਨਹੀਂ ਬੋਲਦੇ, ਹਰ ਸਮੇਂ ਖੁਸ਼ ਮਿਆਜ, ਜੀਵਨ ਇੱਕ ਬਹੁਤ ਅੱਛਾ ਨਾਮ ਭਰਦੇ ਹੋਏ ਜਿਸ ਨੂੰ ਵੀ ਮਿਲਦੇ ਰਸਾਏ ਬਿਨਾਂ ਇਹਨਾਂ ਨੇ ਕੋਲ ਕੇ ਲੰਘਣਾ ਨੇ। ਸਾਡੇ ਸਾਰੇ ਨਗਰ ਵਿੱਚ ਹਰ ਦੁੱਖ ਸੁੱਖ ਸਮੇਂ ਇਹ ਪਰਿਵਾਰ ਹਾਜ਼ਰ ਹੁੰਦਾ ਹੈ, ਕਿਉਂਕਿ ਇਹਨਾਂ ਦੀ ਜੋ ਸਾਡੇ ਪਿੰਡ ਨੂੰ ਦੇਣ ਹੈ ਉਹ ਕਿਸੇ ਪਸ਼ੂ ਚੋਂ ਵੀ ਦੇ। ਬੜਾ ਦੁੱਖ ਹੋਇਆ, ਚਲੋ ਠੀਕ ਹੈ, ਜਾਣਾ ਤਾਂ ਸਭ ਨੇ ਹੈ, ਵਾਈ ਨੂੰ ਪਤਾ ਹੈ ਉਸਨੇ ਕੱਚਾ ਲਿਆਣਾ ਜਾਂ ਪੱਕਾ ਲਿਆਣਾ, ਇਹ ਸਾਡੇ ਪਾਸ ਨਹੀਂ। ਪਰ ਫਿਰ ਵੀ ਬਿਮਾਰ ਨੂੰ ਰਹਿੰਦੇ ਸਨ, ਪਰ ਜਾਣ ਦਾ ਬਿਲਕੁਲ ਕਿਸੇ ਨੂੰ ਨਹੀਂ ਪਤਾ ਸੀ। ਬੈਠੇ ਆ, ਹੱਸਦੇ ਖੇਡਦੇ ਆ, ਪਰਿਵਾਰ ਨਾਲ ਗੱਲਾਂ ਕਰਦੇ ਆ। ਇੱਕ ਵਾਰ ਦੱਸਦਾ ਹੈ ਕਿ ਇਹਨਾਂ ਦੇ ਮਨ ਵਿੱਚ ਕੋਈ ਵੀ ਕਿਸੇ ਕਿਸਮ ਦਾ ਕੋਈ ਉਦਾਸੀ ਸਿਹਤ ਕੋਈ ਡਾਉਣ ਨਹੀਂ ਸੀ, ਹੱਸਦੇ ਖੇਡਦੇ ਬੈਠੇ ਆ। ਤਾਂ ਗੁਰਬਖਸ਼ ਸਿੰਘ ਨੇ ਵੀ ਦੱਸਿਆ ਕਿ ਉਦੋਂ ਹੀ ਅਸੀਂ ਪਰੇ ਹੋਏ ਇਹਨਾਂ ਕੋਲ ਗਏ ਹਾਂ, ਘੰਟੇ ਬਾਅਦ ਇਹ ਫੋਨ ਆ ਗਿਆ ਕਿ ਪੂਰੇ ਹੋ ਗਏ। ਸੋ ਸਤਸੰਗ ਜੀ, ਦੁੱਖ ਤਾਂ ਜਾਣ ਦਾ ਹਰ ਇੱਕ ਨੂੰ ਹੈ, ਕਿਉਂਕਿ ਜੋ ਵੀ ਟਾਹਣੀ ਟੁੱਟਦੀ ਹੈ ਰਸਤ ਤਾਂ ਸਿਮਦਾ ਹੀ ਹੈ। ਪਰ ਫਿਰ ਵੀ ਜਿੰਨੀ ਇਹਨਾਂ ਨੇ ਸਰਦਾਰ ਰਣਜੀਤ ਸਿੰਘ ਨੇ ਭੋਗੀ ਹੈ, ਬਹੁਤ ਵਧੀਆ ਜੀਵਨ ਬਤੀਤ ਕੀਤਾ ਹੈ, ਬੇਹੱਦ ਵਧੀਆ। ਠੀਕ ਹੈ, ਉਮਰ ਵੱਧਦੀ ਘੱਟੀ ਸਾਡੇ ਬਸ ਨਹੀਂ ਹੈ, ਪਰ ਜੋ ਇਹਨਾਂ ਦੇ ਸੁਭਾਅ ਦੀਆਂ ਜਾਂ ਉਹਨਾਂ ਦੇ ਕਾਰੋਬਾਰ ਜਾਂ ਉਹਨਾਂ ਦੇ ਲੋਕਾਂ ਦਾ ਰਿਲੇਸ਼ਨ ਪਾਲਿਕ ਡੀਲਿੰਗ ਇਹ ਸਾਡੇ ਹਮੇਸ਼ਾ ਯਾਦ ਰਹੇਗੀ। ਸੋ ਇਸ ਸਮੇਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਜਥੇ ਨੇ, ਸੰਤ ਮਹਾਂਪੁਰਸ਼ਾਂ ਨੇ ਸੰਗਤ ਨੂੰ ਬਰਾਬਰੀ ਕੀਰਤਨ ਦੁਆਰਾ ਗੁਰੂ ਚਰਨਾਂ ਨੂੰ ਜੋੜਿਆ ਹੈ। ਪਰਿਵਾਰ ਵੱਲੋਂ ਕੀਰਤਨ ਜਥੇ ਦਾ ਅਤੇ ਸੰਤ ਮਹਾਂਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਹੈ। ਸੋ ਦੂਰ ਨੇੜੇ ਚੱਲ ਕੇ ਆਈ ਸਤਸੰਗ ਜੀ, ਰਿਸ਼ਤੇਦਾਰ, ਦੋਸਤ ਮਿੱਤਰ, ਪਰਿਵਾਰ ਵੱਲੋਂ ਸਭ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਹੈ। ਪਰਿਵਾਰ ਵੱਲੋਂ ਬੇਨਤੀ ਹੈ ਕਿ ਜਿਸ ਬੱਚਿਆਂ ਨੇ ਲੰਗਰ ਨਹੀਂ ਛਕਿਆ ਉਹ ਜ਼ਰੂਰ ਛੱਕ ਕੇ ਜਾਵੇ, ਦੇਖ ਲੈਣ ਦਾ ਕਿਆ ਦਾ ਲੰਗਰ ਤਿਆਰ ਹੈ, ਜ਼ਰੂਰ ਛੱਕ ਕੇ ਜਾਣਾ। ਪਰਿਵਾਰ ਵੱਲੋਂ ਬਹੁਤ ਬਹੁਤ ਬੇਨਤੀ ਹੈ, ਪ੍ਰਵਾਨ ਕਰਨੀ ਸਭ ਸਹਾਰ ਦੇਖਿਆ ਲੰਗਰ ਪਾਓ ਜੇਲ ਜੋ ਹੋਵੇ। ਮੈਂ ਆਪਣੇ ਵੱਲੋਂ ਨਗਰ ਹਰਿੰਦਾ ਵੱਲੋਂ ਨਗਰ ਦੀ ਪੰਚਾਇਤ ਵੱਲੋਂ ਸਾਡੇ ਸਰਪੰਚ ਸਾਹਿਬ ਵੀ ਬੈਠੇ ਹਨ, ਸਾਰਿਆਂ ਵੱਲੋਂ ਪਿਛਲੀ ਆਤਮਾ ਨੂੰ ਅੰਤਮ ਦਾਸ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਸੱਜਣ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਇੱਥੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਪਾਣਾ ਮੰਗਾ ਵਰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ,